ਮਾਇਆ ਮੋ ਬਹੁ ਚਿਤ ਵਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿਨਸ ਜਾਏ ਖਿਨਵਾਰ ਵੱਡ ਭਾਗ ਹੋਵੈ ਸਤ ਗੁਰ ਮਿਲੈ ਹਉ ਮੈਂ ਤਜੈ ਵਿਕਾਰੋ ਹਰ ਨਾਮ ਜਾਪੋ ਸੁਖ ਪਾਇਆ ਜਨ ਨਾਨਕੋ ਸ਼ਬਦ ਵਿਚਾਰ ਵਾਟੋ ਭਾਗ ਹੋਵੇ ਸਤਗੁਰ ਮਿਲੈ ਹਉ ਮੈਂ ਤਜੈ ਵਕਾਰ ਹਰ ਨਾਮਾ ਜਾਪੋ ਸੁਖ ਪਾਇਆ ਜਨ ਨਾਨਕੋ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸਲੋਕ 12 ਤੇ ਵਧਿਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਇਸ ਲੜੀ ਦੇ ਤਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 38 ਨੰਬਰ ਸਲੋਕ ਜਿਸ ਦਾ ਪਾਠ ਆਪਾਂ ਸਰਵਣ ਕੀਤਾ ਹੈ 1417 ਨੰਬਰ ਅੰਕ ਤੇ ਧੰਨ ਗੁਰ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਸ਼ਲੋਕ ਸੁਭਾਇਮਨ ਹੈ ਸਤਿਗੁਰ ਜੀ ਨੇ ਮਨੁੱਖੀ ਹਿਰਦਿਆਂ ਦੀ ਜੋ ਤਸਵੀਰ ਬਿਆਨ ਕੀਤੀ ਹੈ ਕਿ ਅਜ ਮਨੁੱਖੀ ਜੀਵਨ ਸਥਿਰ ਕਿਉਂ ਨਹੀਂ ਅਡੋਲ ਕਿਉਂ ਨਹੀਂ ਭਟਕ ਕਿਉਂ ਰਿਹਾ ਹੈ ਉਹਦੇ ਕੁਝ ਕਾਰਨ ਬਿਆਨ ਕੀਤੇ ਹਨ ਤੁਸੀਂ ਜੇ ਦੁੱਧ ਨੂੰ ਦਹੀਂ ਬਣਾਉਣਾ ਹੈ ਜਾਨਕਿ ਉਹਦੀ ਜਾਗ ਲਾਉਣੀ ਹੈ ਤੇ ਜਾਗ ਲਾਉਣ ਤੋਂ ਬਾਅਦ ਦੁੱਧ ਦਾ ਵੀ ਟਿਕਣਾ ਬਹੁਤ ਜ਼ਰੂਰੀ ਹੈ ਸਿਆਣੀਆਂ ਭੈਣਾ ਮਾਵਾਂ ਘਰਾਂ ਵਿੱਚ ਬੈਠੇ ਤੁਸੀਂ ਸਰਵਣ ਕਰ ਰਹੇ ਹੋ ਤੁਸੀਂ ਦੁੱਧ ਨੂੰ ਜਾਗ ਲਾ ਦਿਓ ਜਾਗ ਲਾਉਣ ਤੋਂ ਬਾਅਦ ਨਾਲ-ਨਾਲ ਹੀ ਹਿਲਾਈ ਜਾਓ ਉਹਦਾ ਕਦੀ ਵੀ ਦਹੀਂ ਨਹੀਂ ਬਣੇ ਫਟ ਤੇ ਜਾਏਗਾ ਦੁੱਧ ਪਰ ਪ੍ਰੋਪਰ ਜਿਵੇਂ ਜਮਣਾ ਚਾਹੀਦਾ ਹੈ ਉਦਾਂ ਜਮੇਗਾ ਨਹੀਂ ਦੁੱਧ ਦਾ ਦਹੀਂ ਬਣ ਲਈ ਟਿਕਾਹ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਸਤਗੁਰ ਦੀ ਬਾਣੀ ਪੜ੍ਹਦੇ ਹਾਂ ਭਾਂਡਾ ਧੋਏ ਬੈ ਸਤੂਪ ਦੇਵ ਤਉ ਦੁੱਧੇ ਕੋ ਜਾਵੂ ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਰਾਸ ਜਮਾਵ ਜਦੋਂ ਦੁੱਧ ਦਾ ਦਹੀਂ ਬਣਨਾ ਹੈ ਜਾਗ ਲਾਉਂ ਤੋਂ ਬਾਅਦ ਉਹਨੂੰ ਟਿਕਾਉ ਚਾਹੀਦਾ ਹੈ। ਪ੍ਰੋਪਰ ਉਹਨੂੰ ਜਿਹਨੂੰ ਜਾਗ ਲਾਉਣੀ ਆ ਉਹਦਾ ਟੈਂਪਰੇਚਰ ਚਾਹੀਦਾ ਕਿੰਨਾ ਉਹਨੂੰ ਗਰਮ ਕਰਨਾ ਹੈ ਦੁੱਧ ਨੂੰ ਇਹ ਸਭ ਚੀਜ਼ਾਂ ਨੇ। ਦੁਨਿਆਵੀ ਦੁੱਧ ਦਹੀਂ ਦੀ ਐਗਜ਼ੈਂਪਲ ਦੇ ਕੇ ਸਤਿਗੁਰ ਨੇ ਬਾ ਕਮਾਲ ਦਾ ਉਪਦੇਸ਼ ਦਿੱਤਾ ਹੈ। ਕਹਿੰਦੇ ਬੰਦੇ ਅਜ ਜਿੰਦਗੀ 'ਚ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਟਿਕਾਹ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ। ਅੱਜ ਐਸ ਬਿਜ਼ਨਸ ਨੂੰ ਹੱਥ ਪਾਇਆ ਕੱਲ ਕਿਸੇ ਹੋਰ ਵਪਾਰ ਨੂੰ ਹੱਥ ਪਾਓਗੇ ਫੇਲ ਹੋ ਜਾਓਗੇ। ਆਪਾ ਆਪਣੀ ਜ਼ਿੰਦਗੀ ਵਿੱਚ ਧਿਆਨ ਮਾਰੀਏ ਸਫਲ ਤੋਂ ਸਫਲ ਬਿਜ਼ਨਸਮੈਨ ਉਹਦੇ ਪਿੱਛੇ ਕਿਤਨਾ ਕਿਤੇ ਉਹਦਾ ਟਿਕਾ ਉਹਦਾ ਇੱਕ ਥਾਂ ਤੇ ਬੈਠਣਾ ਚਾਹ ਉਹਨੇ ਇੰਜ ਕਹਿ ਲੋ ਵੀ ਉਹਨੇ ਇੱਕ ਫੋਕਸ ਰੱਖ ਕੇ ਮਿਹਨਤ ਕੀਤੀ ਤੇ ਕਿਤੇ ਤੱਕ ਕਿਤੇ ਪਹੁੰਚ ਗਿਆ ਜਿਹੜੇ ਰੋਜ਼ ਤੁਸੀਂ ਸਟੂਡੈਂਟ ਕਦੀ ਵੇਖਿਓ ਬੱਚੇ ਜਿਹੜੇ ਇਹ ਨਹੀਂ ਜ਼ਿੰਦਗੀ ਚ ਕਲੀਅਰ ਕਰ ਪਾਉਂਦੇ ਵੀ ਮੈਂ ਕਰਨਾ ਕੀ ਆ ਉਹ ਰਾਵਾਂ ਵਿੱਚ ਹੀ ਰਹਿ ਜਾਂਦੇ ਨੇ ਜਿਹੜੇ ਜ਼ਿੰਦਗੀ ਚ ਕਾਮਯਾਬ ਹੁੰਦੇ ਨੇ ਉਹ ਪਹਿਲਾਂ ਫੋਕਸ ਰੱਖ ਲੈਂਦੇ ਵੀ ਆਹ ਕੰਮ ਕਰਨਾ ਹੈ ਪਹੁੰਚਾ ਨਾ ਪਹੁੰਚਾ ਗੱਲ ਬਾਤ ਦੀ ਹੈ ਪਰ ਮੈਂ ਤੁਰਨਾ ਇਸ ਬੰਨੀ ਹੈ ਤੇ ਸਮਾਂ ਆਉਂਦਾ ਹੈ ਮਿਹਨਤ ਰੰਗ ਲੈ ਕੇ ਆਉਂਦੀ ਉਹਨਾਂ ਨੂੰ ਹੁਣ ਇਹ ਤੇ ਸ਼ਬਦ ਬੜਾ ਕਮਾਲ ਦਾ ਵਰਤਿਆ ਮਾਇਆ ਮੋਹ ਬਹੁ ਚਿਤਵਦੇ ਹੁਣ ਚਿੰਤਨ ਤੇ ਕਰਨਾ ਸੀ ਸੱਚ ਦਾ ਚਿੰਤਨ ਤੇ ਕਰਨਾ ਸੀ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰ ਬੈਠੇ ਯਾਰ ਦਾ ਕੱਠੀ ਕਰ ਬੈਠੇ ਯਾਰ ਸਿਆਣਿਆਂ ਦੀ ਕਹਾਵਤ ਹੈ ਜੋ ਤੁਹਾਡੇ ਪੱਲੇ ਹੈ ਜੋ ਤੁਸੀਂ ਇਕੱਠਾ ਕੀਤਾ ਹੈ ਸਮਾਂ ਪੈਣ ਤੇ ਵਰਤੋਗੇ ਵੀ ਤੇ ਹੋਈ ਨਾ ਤੁਸੀਂ ਗਰੋਸਰੀ ਲੈਣ ਜਾਂਦੇ ਹੋ ਬਾਜ਼ਾਰ ਹੁਣ ਆਪਾਂ ਆਪਣੇ ਘਰ ਵਿੱਚ ਕਿਚਨ ਦੇ ਵਿੱਚ ਰਸੋਈ ਵਿੱਚ ਕਿੰਨਾ ਸਮਾਨ ਲਿਆ ਕੇ ਰੱਖਦੇ ਹਾਂ ਹੁਣ ਜਿਹੜੀ ਘਰ ਪਈ ਵਸਤੂ ਆ ਕਿਤੇ ਨਾ ਕਿਤੇ ਵਰਤੋਂ ਚ ਆ ਜਾਣੀ ਹੈ ਪੱਕੀ ਗੱਲ ਸੌਖੀ ਐਗਜ਼ਾਮਪਲ ਦਿੰਦਾ ਆ ਕਈਆਂ ਨੇ ਵੈਪਨ ਰੱਖੇ ਨੇ ਲਾਇਸੈਂਸ ਹੀ ਹੁਣ ਜਦੋਂ ਘਰ 'ਚ ਹੈਗਾ ਇਹ ਤੇ ਪੱਕੀ ਗੱਲ ਹੈ ਹਥਿਆਰ ਰੱਖਣ ਤੋਂ ਪਹਿਲਾਂ ਨਾ ਗੁੱਸੇ ਨੂੰ ਕਰੋਧ ਨੂੰ ਵੀ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ ਜੇ ਦੇ ਘਰਾਂ ਵਿੱਚ ਪਏ ਹੋਏ ਹਥਿਆਰ ਕਈ ਵਾਰੀ ਘਰ ਦੇ ਜੀਆਂ ਦੀ ਜਾਨ ਲੈ ਲੈਂਦੇ ਨੇ ਤੁਸੀਂ ਵੇਖੋ ਕਿੰਨੇ ਲੋਕਾਂ ਨੇ ਆਪਣੀ ਜੀਵਨ ਲੀਲਾ ਆਪਣੇ ਘਰ ਵਿੱਚ ਪਏ ਹੋਏ ਵੈਪਨ ਦੇ ਨਾਲ ਹੀ ਖਤਮ ਕਰ ਲਈ ਬਾਪ ਖਰੀਦ ਕੇ ਲੈ ਕੇ ਆਇਆ ਪਰ ਪਤਾ ਥੋੜਾ ਸੀ ਬਾਪ ਨੂੰ ਵੀ ਇਸ ਵੈਪਨ ਨਾਲ ਕਦੀ ਮੇਰਾ ਪੁੱਤਰ ਆਪਣੀ ਜੀਵਨ ਲੀਲਾ ਖਤਮ ਕਰੇਗਾ ਮੇਰੇ ਪਰਿਵਾਰ ਦਾ ਜੀਐਸਏ ਵੈਪਨ ਨਾਲ ਚਲਾ ਜਾਏਗਾ ਇਸੇ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਲਵੇਗਾ ਹੁਣ ਹਥਿਆਰ ਕਰ ਲਿਆ ਦਾ ਇਹਦਾ ਮਤਲਬ ਘਰ ਚ ਪਈ ਸੀ ਵਰਤੀ ਗਈ ਅਗਲੇ ਨੇ ਵਰਤ ਲਈ ਘਰ ਚ ਹੁੰਦੀ ਨਾ ਹੋ ਸਕਦਾ ਸਮਾਂ ਟਲ ਸਕਦਾ ਸੀ ਪਰ ਗੱਲ ਫਿਰ ਉੱਤੇ ਆਉਂਦੀ ਹੈ ਹਥਿਆਰ ਰੱਖਣ ਲਈ ਘਰ ਚ ਵੈਪਨ ਰੱਖਣ ਲਈ ਕੋਲ ਰੱਖਣ ਲਈ ਜਾਬਤੇ ਚ ਰਹਿਣਾ ਬਹੁਤ ਜ਼ਰੂਰੀ ਹੈ ਜੇ ਜਾਬਤੇ ਚ ਨਹੀਂ ਹੈ ਤੇ ਕਈ ਵਾਰੀ ਰੱਖੇ ਹੋਏ ਹਥਿਆਰ ਜਿਹੜੇ ਆਪਣੀ ਸੇਫਟੀ ਲਈ ਹੈ ਉਹ ਖੁਦ ਆਪਣੀ ਹੀ ਮੌਤ ਦਾ ਕਈ ਵਾਰੀ ਕਾਰਨ ਵੀ ਬਣ ਜਾਂਦੇ ਨੇ ਤੁਸੀਂ ਦੂਰ ਕੀ ਜਾਣਾ ਹੈ ਬੰਦੇ ਕਈ ਹਥਿਆਰ ਸਾਫ ਕਰਦੇ ਖਰਦੇ ਵੈਪਨ ਸਾਫ ਕਰਦੇ ਕਰਦੇ ਆਪਣੀ ਜੀਵਨ ਲਈ ਲਖਤਮ ਕਰਕੇ ਬਹਿ ਗਏ ਜਿਹੜੀ ਚੀਜ਼ ਕੋਲ ਕਿੰਨੇ ਪੁਲਿਸ ਮੁਲਾਜ਼ਮਾਂ ਨਾਲ ਇਹ ਘਟਨਾਵਾਂ ਵਾਪਰ ਚੁੱਕੀਆਂ ਨੇ ਆਪਾਂ ਨੂੰ ਆਏ ਦਿਨ ਆਪਾਂ ਖਬਰਾਂ ਪੜ੍ਹਦੇ ਹਾਂ ਗ੍ਰਸਤੀ ਪਰਿਵਾਰਾਂ 'ਚ ਰਹਿਣ ਵਾਲਿਆਂ ਨਾਲ ਇਹ ਘਟਨਾਵਾਂ ਵਾਪਰ ਚੁੱਕੀਆਂ ਨੇ ਹੁਣ ਗੱਲ ਆਪਾਂ ਕਰ ਰਹੇ ਸੀ ਵੀ ਜਿਹੜੀ ਚੀਜ਼ ਤੁਹਾਡੇ ਕੋਲ ਹੈ ਜੋ ਤੁਸੀਂ ਇਕੱਠਾ ਕਰ ਰਹੇ ਏ ਤੇ ਸਮਾਂ ਪੈਣ ਕੇ ਤੁਸੀਂ ਵਰਤ ਲੈਣੀ ਹੈ ਮਾਰੇ ਕਹਿੰਦੇ ਤੂੰ ਇਕੱਠਾ ਹੀ ਅਮਰਤ ਕਰ ਲੋੜ ਪਵੇਗੀ ਤੇ ਅਮਰਤ ਵਰਤ ਲਵੇਂਗਾ ਤੂੰ ਤੇ ਪੰਡਾ ਹੀ ਯਹਿਰ ਦੀਆਂ ਬਣ ਕੇ ਬੈਠਾ ਹੋਇਆ ਤੇ ਸ਼ਬਦ ਹੈ ਮਾਇਆ ਮੋਹ ਬਹੁਤ ਚਿਤਵਦੇ ਆਪਣੇ ਮਨ ਦੇ ਪਿੱਛੇ ਤੋਰਨ ਵਾਲਾ ਜਿਹੜਾ ਮਨੁੱਖ ਹੈ ਨਾ ਉਹ ਮਾਇਆ ਮੋਹ ਨੂੰ ਚਿਤਵਦਾ ਹੈ ਵਿਸ਼ੇ ਵਕਾਰ ਇਕੱਠੇ ਕਰਦਾ 24 ਘੰਟੇ ਦੋਸਤਾਂ ਚ ਬੈਠਾ ਮਿੱਤਰਾਂ ਚ ਬੈਠਾ ਪਰਿਵਾਰ ਚ ਬੈਠਾ ਬਿਜ਼ਨਸ ਚ ਬੈਠਾ 24 ਘੰਟੇ ਹੀ ਬੁਰਾਈ ਨੂੰ ਯਰ ਨੂੰ ਇਕੱਠਾ ਕਰਨ ਬਾਰੇ ਸੋਚਦਾ ਪਲਾਨਿੰਗਾਂ ਬਣਾਉਂਦਾ ਰਹਿੰਦਾ ਬਹੁ ਆਸਾ ਬੜੀਆਂ ਆਸਾਂ ਲੌਵੇ ਬਹੁ ਆਸਾ ਲੋਭ ਵਕਾਰ ਲੋਭ ਦੀਆਂ ਲਾਲਚ ਦੀਆਂ ਆਸਾਂ ਲਾ ਲਾ ਕੇ ਬੈਠੇ ਵਕਾਰ ਇਕੱਠੇ ਕਰੀ ਜਾਂਦਾ ਹੈ ਪੰਡਾ ਬੰਨ ਬੰਨ ਕੇ ਰੱਖੀ ਜਾਂਦਾ ਹੈ ਹੁਣ ਜਿਵੇਂ ਵੈਪਨ ਘਰ ਚ ਲਿਆਂਦਾ ਸੀ ਵਰਤਿਆ ਗਿਆ ਘਰ ਚ ਜੋ ਨਮਕ ਮਿਰਚ ਮਸਾਲੇ ਪਏ ਹੁੰਦੇ ਕਿਤੇ ਜਦੋਂ ਲੋੜ ਪੈਂਦੀ ਹੈ ਘਰ ਚ ਭੈਣ ਵਰਤ ਲੈਂਦੀ ਹੈ ਹੁਣ ਘਰ ਚ ਪਿਆ ਸਮਾਨ ਕਿਤੇ ਤਾਂ ਵਰਤੋਗੇ ਨਾ ਘਰ ਚ ਪਏ ਬਰਤਨ ਲਿਆਂਦੇ ਤੁਸੀਂ ਖਰੀਦ ਕੇ ਕਿਤੇ ਨਾ ਕਿਤੇ ਤੇ ਵਰਤੋਂ ਚਾਹਣਗੇ ਰੋਜ਼ ਨਹੀਂ ਆਉਂਦੇ ਤੇ ਹਫਤੇ ਬਾਅਦ ਆ ਜਾਣਗੇ ਨਹੀਂ ਤੇ ਕੋਈ ਗੈਸਟ ਆਏਗਾ ਉਦੋਂ ਵਰਤ ਲੋਗੇ ਪਰ ਹੈਗੀ ਹੈ ਤੇ ਵਰਤੋਗੇ ਨਾ ਜੇ ਘਰ ਚ ਪਿਆ ਸਮਾਨ ਲੋੜਪੈਣ ਤੇ ਵਰਤਿਆ ਜਾ ਸਕਦਾ ਤੇ ਐਸ ਘਰ ਚ ਜੋ ਇਕੱਠਾ ਕੀਤਾ ਹੈ ਕ੍ਰੋਧ ਇਕੱਠਾ ਕਰੀ ਜਾਂਦਾ ਹੈ ਲਾਲਚ ਇਕੱਠਾ ਕਰੀ ਜਾਂਦਾ ਹੈ ਬੱਕਰੀ ਗੱਲ ਹੈ ਤੂੰ ਲੋੜਪੈਣ ਤੇ ਵਰਤ ਲੈਣਾ ਤੇ ਕਈ ਬੰਦੇ ਕਹਿੰਦੇ ਮੈਂ ਕਿਸੇ ਦਾ ਨੁਕਸਾਨ ਕੀ ਕਰਦਾ ਇਹੋ ਤੇ ਨੁਕਸਾਨ ਇਹਨੂੰ ਬਾਣੇ ਚ ਐਬ ਆਖਿਆ ਐਬ ਤਨ ਚਿਕੜੋ ਇਹ ਮਨਮਿੰਡ ਕੋ ਇਹ ਮਨਮਿੰਡ ਕਹ ਤੇ ਐਬਾਂ ਦਾ ਚਿਕੜ ਅੰਦਰ ਇਕੱਠਾ ਹੋਇਆ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੂਝੇ ਜੇ ਨਹੀਂ 부ਜਾਈ ਆਖਣ ਸੁਣਨਾ ਪਾਉਣ ਕੀ ਬਾਣੀ ਆਖਣਾ ਤੇ ਸੁਣਨਾ ਇਹਦੇ ਵਾਸਤੇ ਹਵਾ ਇਧਰੋਂ ਸੁਣੀ ਤੇ ਉਧਰ ਘੜ ਦਿੰਦੀ ਇਹ ਮਨ ਰਸਤਾ ਮਾਇਆ ਇਹ ਮਨ ਮਾਇਆ ਚ ਰਤਿਆ ਹੋਇ 24 ਘੰਟੇ ਵਕਾਰ ਚਿਤਵਦਾ ਖਸਮ ਕੀ ਨਦਰ ਦਿਲੇ ਪਸੰਦੇ ਪਰ ਖਸਮ ਨੂੰ ਕੋਣ ਪ੍ਰਵਾਨ ਨੇ ਜਿੰਨੀ ਕਰ ਇਕਤਿਆਆ ਸਤਗੁਰ ਜੀ ਇੱਥੇ ਕਹਿੰਦੇ ਨੇ ਮਾਇਆ ਮੋਹ ਬਹੁਤ ਚਿਤਵਦੇ 24 ਘੰਟੇ ਚਿੰਤਨ ਕਰਨਾ ਉਸ ਚੀਜ਼ ਦਾ ਬੋ ਆਸਾ ਲੋਭ ਵਿਕਾਰ ਹੁਣ ਬਾਣੀ ਚ ਇਸ ਪ੍ਰਥਾਏ ਬਹੁਤ ਪਿਆਰੀ ਗੱਲ ਕਹੀ ਹੈ ਪਾਸ਼ਾ ਜੀ ਕਹਿੰਦੇ ਨੇ ਆਸਾ ਕਰਤਾ ਜਗਮੂਆ ਹੁਣ ਜਿਹੜੀਆਂ ਆਸਾਂ ਨੇ ਨਾ ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰਿਆ ਆਸਾ ਅੱਜ ਕੱਲ ਤਾਂ ਹੁਣ ਸਿਸਟਮ ਚੱਲ ਪਿਆ ਵੀ ਲੋਕ ਪਹਿਲੇ ਚੈੱਕ ਕਰਾ ਲੈਂਦੇ ਲੜਕੀ ਹੈ ਕਿ ਲੜਕਾ ਹੈ ਇਹ ਤਾਂ ਮਾਫ ਕਰਨਾ ਜਿਨ੍ਹਾਂ ਨੇ ਬਣਾਇਆ ਸਿਸਟਮ ਉਹ ਵੀ ਮੱਥੇ ਨੂੰ ਹੱਥ ਮਾਰਦੇ ਹੋਣੇ ਵੀ ਹਾਨੂੰ ਕੀ ਪਤਾ ਸੀ ਲੋਕ ਇਸ ਬਨੇ ਤਬਾਹੀ ਕਰਨ ਤੁਰ ਪਣਗੇ ਹੁਣ ਜਿਹੜੇ ਸਕੈਨ ਕਰਨ ਵਾਲਾ ਸਿਸਟਮ ਸੀ ਜਦੋਂ ਪਹਿਲੀ ਵਾਰ ਬਣਾਇਆ ਹੋਵੇਗਾ ਬਣਾਇਆ ਤੇ ਇਸ ਕਰਕੇ ਵੀ ਪ੍ਰੋਪਰ ਬੱਚੇ ਨੂੰ ਖੁਰਾਕ ਮਾਤਾ ਦੇ ਗਰਭ ਵਿੱਚ ਨਹੀਂ ਮਿਲਦੀ ਕਈ ਵਾਰੀ ਬੱਚੇ ਮਾਤਾ ਦੇ ਗਰਭ ਵਿੱਚ ਹੀ ਦਮ ਤੋੜ ਜਾਂਦੇ ਨੇ ਉਹਨਾਂ ਦੀ ਸਿਹਤ ਵਧੀਆ ਨਹੀਂ ਹੁੰਦੀ ਉਹਨਾਂ ਨੂੰ ਪ੍ਰੋਪਰ ਖੁਰਾਕ ਨਹੀਂ ਮਿਲ ਪਉਂਦੀ ਵੀ ਪਤਾ ਕਰ ਲਈਏ ਵੀ ਖੁਰਾਕ ਪ੍ਰੋਪਰ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਬੱਚਾ ਠੀਕ ਠਾਕ ਹੈ ਹੋ ਸਕਦਾ ਪਹਿਲੀ ਵਾਰ ਕਿਸੇ ਨੇ ਪੁੱਛਿਆ ਹੋਵੇ ਡਾਕਟਰ ਸਾਹਿਬ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਬੱਚਾ ਠੀਕ ਠਾਕ ਹੈ ਹਾਂਜੀ ਫਿਰ ਇਹ ਵੀ ਪਤਾ ਲੱਗ ਜਾਂਦਾ ਹੋਣਾ ਕਿ ਲੜਕੀ ਹੈ ਕਿ ਲੜਕਾ ਹੈ ਹਾਂਜੀ ਪਤਾ ਲੱਗ ਜਾਂਦਾ ਤੇ ਫਿਰ ਦੱਸ ਦਿਓ ਸਾਨੂੰ ਲੜਕੀ ਹੈ ਕਿ ਲੜਕਾ ਹੈ ਕਿਉਂ ਕਿਉਂ ਪੁੱਛ ਰਿਹਾ ਤੁਸੀਂ ਇਸ ਕਰਕੇ ਪੁੱਛ ਰਿਹਾ ਵੀ ਜੇ ਲੜਕੀ ਹੋਏਗੀ ਤੇ ਮਰਵਾ ਦਿਆਂਗੇ ਲੜਕਾ ਹੋਏਗਾ ਤੇ ਰੱਖ ਲਵਾਂਗੇ ਹੋ ਸਕਦਾ ਪਹਿਲੀ ਵਾਰ ਡਾਕਟਰ ਦੀ ਰੂਹ ਕੰਬੀ ਹੋਵੇ ਕਿ ਤੁਸੀਂ ਐਡਾ ਵੱਡਾ ਗੁਨਾਹ ਕਰਾਉਣ ਜਾ ਰਹੇ ਮੇਰੇ ਕੋਲ ਪਰ ਪੈਸਾ ਬੜੀ ਵੱਡੀ ਚੀਜ਼ ਹੈ ਜੀ ਪੈਸਾ ਤੇ ਗੁਰਾਂ ਤੇ ਨਿਚਾਉਂਦਾ ਮਨੁੱਖ। ਅਦਾਲਤਾਂ ਖਰੀਦੀਆਂ ਜਾਂਦੀਆਂ, ਜੱਜ, ਪੁਲਿਸ ਅਫਸਰ ਖਰੀਦੇ ਜਾਂਦੇ ਨੇ, ਕਾਨੂੰਨ ਖਰੀਦੇ ਜਾਂਦੇ ਨੇ। ਪੈਸੇ ਨਾਲ ਅਗਲੇ ਨੇ ਸਭ ਕੁਝ ਕਰ ਲਿਆ, ਨਿੱਕੇ ਨਿੱਕੇ ਪੀਸ ਕਰਕੇ ਬੱਚੀ ਦੇ ਕਤਲ ਕੀਤੇ ਕੇ। ਹੁਣ ਆਸ ਕੀ ਲਾਈ? ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰਿਆ ਸਾ। ਮਾਫ ਕਰਨਾ, ਹੱਥ ਜੋੜ ਕੇ ਪਹਿਲਾਂ ਮਾਫੀ ਮੰਗ ਲਾ ਸਾਡੇ ਹਾਲਾਤ ਕੀ ਨੇ। ਧੀ ਦੇ ਜਨਮ ਨੂੰ ਪ੍ਰਵਾਨ ਕਰਦੇ ਆਂ। ਪੁੱਤਰ ਦੀ ਆਸ ਲਾਉਂਦੇ ਆਂ। ਉਪ ਪਾਗਾ ਵਾਲੇ ਨੇ ਉਹ ਸੂਰਮੇ ਪਰਿਵਾਰ ਨੇ ਉਹ ਮਰਦ ਪਰਿਵਾਰ ਨੇ ਉਹ ਬਹਾਦਰ ਮਾਵਾਂ ਨੇ ਜਿਹੜੀਆਂ ਧੀ ਵਿੱਚੋਂ ਵੀ ਪੁੱਤਰ ਵੇਖਦੀਆਂ ਨੇ ਉਹ ਕਹਿੰਦੇ ਧੀ ਪੁੱਤ ਨਾਲੋਂ ਘਟ ਹੈ ਕਿਤੇ ਧੀ ਤਾਂ ਸਗੋਂ ਪੁੱਤ ਨਾਲੋਂ ਵੀ ਵਧੀਆ ਹੁੰਦੀ ਹੈ ਪਰ ਸਾਡੇ ਸਮਾਜ ਵਿੱਚ ਬਹੁਤ ਥਾਵਾਂ ਤੇ ਨੋਹਾਂ ਨੂੰ ਮਿਹਣੇ ਮਾਰ ਮਾਰ ਕੇ ਪਰੇਸ਼ਾਨ ਕੀਤਾ ਜਾਂਦਾ ਤੇਰੇ ਘਰ ਪੁੱਤਰ ਕਿਉਂ ਨਹੀਂ ਪੈਦਾ ਹੋਇਆ ਭਾਵੇਂ ਕਿ ਮੈਡੀਕਲ ਜਿਹਨਾਂ ਨੂੰ ਨੌਲੇਜ ਹੈ ਉਹ ਉਹ ਲੜਕੀ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ ਉਹ ਕਸੂਰ ਲੜਕੇ ਵੱਲੋਂ ਹੈ ਪਰ ਗੱਲ ਕੀ ਹੈ ਵੀ ਅਸੀਂ ਅਨਪੜਤਾ ਸਾਡੇ ਪੱਲੇ ਪਈ ਹੋਈ ਅਸੀਂ ਤੇ ਦੇਹ ਧਾਰੀ ਬਾਬਿਆਂ ਦੇ ਪੈਰ ਘੁੱਟਣ ਤੋਂ ਬਿਨਾਂ ਪੱਥਰਾਂ ਤੇ ਮੱਥਾ ਟੇਕਣ ਤੋਂ ਬਿਨਾਂ ਸਾਨੂੰ ਕੋਈ ਅਕਲ ਹੈ ਹੀ ਨਹੀਂ ਅਸੀਂ ਇਸ ਬੰਨੇ ਤੁਰੇ ਹੀ ਨਹੀਂ ਹੈਗੇ ਐ ਤਾਂ ਬੰਮ ਫੜ ਫੜ ਕੇ ਅਸੀਂ ਮੰਦਰਾਂ ਦੇ ਵਿੱਚ ਮਾਫ ਕਰਨਾ ਜੇ ਕੋਈ ਹਿੰਦੂ ਦਾ ਤੇ ਗੋਟੇ ਚ ਉਹ ਚੁੰਨੀਆਂ ਚੜਾ ਰਿਹਾ ਜੇ ਸਿੱਖ ਹੈ ਤੇ ਮਹਾਰਾਜ ਤੇ ਰਮਲੇ ਚੜਾ ਰਿਹਾ ਪਰ ਜਿਨੇ ਤੇ ਰੱਬ ਵਸਦਾ ਉਹਨਾਂ ਨੂੰ ਦੱਸਿਆ ਹੀ ਨਹੀਂ ਤੀ ਤਾਂ ਮੱਥਾ ਚੁੰਮਦੀ ਸਗੋ ਲੜਕੇ ਦੀ ਮਰਜ਼ੀ ਹੈ ਤੁਹਾਨੂੰ ਬੁਲਾਵੇ ਨਾ ਬੁਲਾਵੇ ਮੂੰਹ ਵਟ ਕੇ ਇੱਧਰ ਨੂੰ ਲੱਗ ਜਾਏ ਪਰ ਫਿਰ ਵੀ ਸਾਡਾ ਸਮਾਜ ਕਿੱਥੇ ਖਲੋਤਾ ਹੋਇਆ ਤੁਸੀਂ ਘਰਾਂ ਦੀ ਕਦੀ ਪਿਕਚਰ ਵੇਖਿਓ ਜਿਸ ਘਰ ਵਿੱਚ ਬਾਲਕ ਨੇ ਜਨਮ ਲੈਣਾ ਹੋਵੇ ਨਾ ਲੜਕਿਆਂ ਦੀਆਂ ਤਸਵੀਰਾਂ ਲਾਗੀਆਂ ਜਾਂਦੀਆਂ ਉਸ ਘਰ 'ਚ ਵੀ ਇਹ ਜਿੱਦਾਂ ਦਾ ਮੂੰਹ ਵੇਖੇਗੀ ਉਦਾਂ ਦਾ ਇਹ ਘਰ ਬਾਲਕ ਪੈਦਾ ਹੋਏਗਾ ਤੇ ਹੋਵੇਗਾ ਕਿ ਪੁੱਤਰ ਕੋਈ ਗੱਲ ਆਸ ਦੀ ਚੱਲੀ ਹੈ ਨਾ ਹੁਣ ਆਸਾ ਲੋਭ ਵਕਾਰ ਪੁੱਤਰ ਨਾਲ ਵੀ ਤੇ ਲਾਲਚ ਜੁੜਿਆ ਹੋਇਆ ਹੈ ਨਾ ਵੀ ਇਹਨੇ ਵੱਡੇ ਹੋਣਾ ਇਹਨੇ ਪੈਸਾ ਕਮਾਉਣਾ ਜਿਉਂ ਜਨਨੀ ਗਰਭ ਪਾਲਦੀ ਸੁਤ ਕੀ ਕਰਿਆ ਆਸਾ ਵੱਡਾ ਹੋਏ ਧੰਨ ਖਾਟ ਦੇ ਇਹਨੇ ਵੱਡੇ ਹੋ ਕੇ ਧੰਨ ਕਮਾਉਣਾ ਹੈ ਅੱਛਾ ਮੰਨ ਲਓ ਇਹ ਆਸ ਹੀ ਹੈ ਨਾ ਵੀ ਵੱਡੇ ਹੋ ਕੇ ਨੇ ਧੰਨ ਕਮਾਉਣਾ ਤੇ ਅਸੀਂ ਦੋਹਾਂ ਜੀਆਂ ਨੇ ਇਦਾਂ ਬੈਠ ਕੇ ਛਕਿਆ ਕਰਨਾ ਨੋ ਨੇ ਪਕਾਇਆ ਕਰਨਾ ਪੁੱਤ ਨੇ ਕਮਾਈ ਕਰਿਆ ਕਰਨੀ ਇਹ ਜ਼ਰੂਰੀ ਹੈ ਆਸ ਲਾ ਲਈ ਹੈ ਆਸ ਲਾ ਕੇ ਬੈਠੇ ਹੋਏ ਆ ਇਹ ਸੁਪਨਾ ਨਹੀਂ ਤੇ ਹੋਰ ਕੀ ਹੈ ਆਸ ਲਾਈ ਹੈ ਵੀ ਨੋ ਨੇ ਕਮਾ ਕੇ ਨੋ ਨੇ ਪਕਾ ਕੇ ਖਵਾਇਆ ਕਰਨੀਆਂ ਕਿੰਨੇ ਪਰਸੈਂਟ ਨੇ ਜਿਹੜੇ ਲੋਕ ਆਪਣੇ ਇਦਾਂ ਸੁਖ ਲੈ ਰਹੇ ਨੇ ਭਲਾ ਬਿਰਦੋ ਅਸ਼ਰਮ ਜੀ ਤੱਕੇ ਖਾਰੇ ਕਿਦਾਂ ਅਰਦਾਸਾ ਹੁਣ ਚਾਹੀਦਾ ਤੇ ਪੁੱਤਰ ਇਸੇ ਕੰਮ ਲਈ ਸੀ ਨਾ ਪੁੱਤਰ ਤੇ ਹੁਣ ਜੇ ਜੇ ਧੀ ਵਿਆਹ ਕੇ ਸਹਰੇ ਤੋਰ ਦਿੱਤੀ ਤੇ ਪੁੱਤਰ ਵੀ ਤਾਂ ਕਿਤੇ ਨਾ ਕਿਤੇ ਚਲੇ ਹੀ ਗਿਆ ਨਾ ਧੀ ਤੇ ਪੁੱਤਰ ਚ ਫਰਕ ਕੀ ਸੀ ਪੁੱਤਰ ਚ ਫਰਕ ਇਹ ਸੀ ਪੁੱਤਰ ਨੇ ਕਮਾਈ ਵੱਡਾ ਹੋਏ ਧਨ ਖਾਟਦੇ ਇਹ ਗੁਰੂ ਰਾਮਦਾਸ ਜੀ ਨੇ ਇੱਕ ਸੰਸਾਰ ਦੀ ਪਿਕਚਰ ਖਿੱਚੀ ਹੈ ਇਹ ਗੁਰਮਤ ਨਹੀਂ ਹੈ ਇਹ ਇੱਕ ਐਗਜ਼ਾਮਪਲ ਹੈ ਇਹ ਨਹੀਂ ਵੀ ਗੁਰੂ ਰਾਮਦਾਸ ਮਹਾਰਾਜ ਇਸ ਗੱਲ ਤੇ ਮੋਹਰ ਲਾ ਰਹੇ ਵੀ ਇੰਜ ਹੁੰਦਾ ਹੈ ਉਹ ਇੱਕ ਉਦਾਹਰਨ ਦੇ ਰਹੇ ਆ ਕਿ ਸੰਸਾਰ ਦੇ ਲੋਕ ਇਦਾਂ ਮੰਨਦੇ ਆ ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰਿਆ ਸਾ ਵੱਡਾ ਹੋਏ ਧਨ ਖੱਟ ਦੇ ਕਰ ਭੋਗ ਬਲਾਸਾ ਵੱਡਾ ਹੋ ਕੇ ਉਹਨੂੰ ਧਨ ਕਮਾਉਣਾ ਅਸੀਂ ਆਨੰਦ ਮਾਣਾਂਗੇ ਪਰ ਮਾਰੋ ਧਿਆਨ ਜਿੱਦਾਂ ਹੋ ਰਿਹਾ ਕਿੰਨੇ ਪਰਸੈਂਟ ਆਪਣੇ ਬੱਚਿਆਂ ਤੋਂ ਸੰਤੁਸ਼ਟ ਨੇ ਰੋਂਦੇ ਨੇ ਟੱਕਰਾਂ ਮਾਰਦੇ ਨੇ ਅਦਾਲਤਾਂ 'ਚ ਰੋਜ਼ ਕੇਸ ਲੱਗੇ ਹੁੰਦੇ ਨੇ ਚਾਰ-ਚਾਰ ਪੁੱਤਰਾਂ ਦੀਆਂ ਮਾਵਾਂ ਬੱਚਿਆਂ ਦੇ ਮਾਪੇ ਰੋਟੀ ਤੋਂ ਆਤਰ ਹੋਏ ਪੈ ਜਿੱਥੇ ਬੱਚਿਆਂ ਨੇ ਆਪਣੇ ਮਾਪੇ ਦੇ ਗਲ ਵੜ ਦਿੱਤੇ ਜੈਦਾ ਦਾ ਬਦਲੇ ਤੇ ਚਾਹੀਦਾ ਕਿਸੇ ਪੁੱਤ ਚਾਹੀਦਾ ਸਤਿਗੁਰੂ ਜੀ ਕਹਿੰਦੇ ਨੇ ਆਸਾਂ ਕਰਦਾ ਆਸਾਂ ਕਰਤਾ ਜਗ ਮੁਆ ਆਸਾਂ ਲਾ ਲਾ ਕੇ ਜਗਤ ਮਰੀ ਜਾ ਰਿਹਾ ਹੈ ਆਸਾ ਮਰੇ ਨਾ ਜਾਏ ਆਸਾਂ ਮੁਕਦੀਆਂ ਨਹੀਂ ਆਸਾਂ ਖਤਮ ਨਹੀਂ ਹੁੰਦੀਆਂ ਆਸ ਲੱਗੀ ਹੋਈ ਹੈ ਗਾਂ-ਗਾ ਤੁਰੇ ਜਾਂਦੇ ਨੇ ਸੇ ਨਾਨਕ ਆਸਾਂ ਪੂਰੀਆਂ ਹੈ ਨਾਨਕ ਆਸ ਪੂਰੀ ਹੋ ਸਕਦੀ ਹੈ ਸੱਚੇ ਸਿਉਂਚੇ ਤਲਾਈ ਜਦੋਂ ਸੱਚੇ ਨਾਲ ਚੇਤਾ ਲੱਗ ਜਾਣਾ ਆਸ ਭਰ ਕਿਦਾਂ ਪੂਰੀ ਹੁੰਦੀ ਫਿਰ ਫਿਰ ਸੱਚਾ ਅੰਦਰ ਇਹੋ ਜੀ ਸੰਤੁਸ਼ਟੀ ਹੈ ਇਹੋ ਜੀ ਅੰਦਰ ਸਬਰ ਸੰਤੋਖ ਭਰਦਾ ਫਿਰ ਆਸ ਇਦਾਂ ਪੂਰੀ ਹੁੰਦੀ ਵੀ ਧੀ ਚੋਂ ਪੁੱਤ ਦੇਖਦਾ ਫਿਰ ਜਵਾਈ ਚੋਂ ਪੁੱਤ ਵੇ ਦੇਖ ਲੇਦਾ ਕਹਿੰਦਾ ਹੁਣ ਆਸ ਪੂਰੀ ਹੋ ਗਈ ਹੁਣ ਗੱਲ ਸਮਝ ਆ ਗਈ ਸੰਤੁਸ਼ਟੀ ਆ ਜਿੰਨਾ ਪਰਿਵਾਰਾਂ ਚ ਗੁਰਮਤ ਹੁੰਦੀ ਉਹ 3 ਚੋਂ ਵੀ ਪੁੱਤ ਵੇਚਦੇ ਆ ਇੱਕ ਧੀ ਹੋ ਜਾਏ ਦੋ ਧੀਆ ਹੋ ਜਾਣ ਕਹਿੰਦਾ ਵੀ ਬਸ ਮੈਂ ਆਪਣੀਆਂ ਬੱਚੀਆਂ ਚੋਂ ਆਪਣਾ ਪੁੱਤ ਵੇਖਦਾ ਕਈ ਇਦਾਂ ਕਹਿਣਗੇ ਚਲੋ ਉਹ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਅਜੇ ਤੱਕ ਕਿਸੇ ਨੇ ਪੁੱਤ ਨੂੰ ਕਿਹਾ ਵੀ ਧੀਆ ਵਰਗਾ ਹੁੰਦਾ ਸਮਾਜ ਦੀ ਹਾਲਤ ਵੇਖੋ ਤੁਸੀਂ ਕਿੰਨੇ ਡੇਰੇ ਕਿੰਨੇ ਗੁਰਦੁਆਰੇ ਜਿੱਥੇ ਪੁੱਤਾਂ ਦੀਆਂ ਅਰਦਾਸਾਂ ਕੀਤੀਆਂ ਤੁਸੀਂ ਵੇਖੋ ਬਾਬਿਆਂ ਕੋਲ ਕਈ ਝੋਲੀ ਵਿੱਚ ਸੇਵ ਪਾਉਣਗੇ ਇਦਾਂ ਜੀ ਬਾਬਾ ਜੀ ਝੋਲੀ ਆਪੇ ਪਹਿਲਾਂ ਸਰ ਮਾਂ ਨੂੰ ਨਹੀਂ ਕਦੀ ਫਰੂਟ ਕੱਟ ਕੇ ਦੇਣਾ ਕਦੀ ਪਿਤਾ ਨੂੰ ਨਹੀਂ ਕਹਿਣਾ ਵੀ ਤੁਸੀਂ ਵੀ ਥੋੜਾ ਬਹੁਤਾ ਫਰੂਟ ਖਾ ਲਓ ਬਾਬਿਆਂ ਵਾਸਤੇ ਸੇਬ ਕੇਲੇ ਇਦਾਂ ਫਰੂਟ ਵਧੀਆ ਟੋਕਰੇ ਭਰ-ਭਰ ਕੇ ਲੈ ਜਾ ਆਪੇ ਫੇਕੇ ਝੋਲੀ ਕਰੀ ਜਾਣਾ ਵੀ ਬਾਬਾ ਜੀ ਝੋਲੀ 'ਚ ਕੋਈ ਪ੍ਰਸ਼ਾਦ ਪਾ ਦਿਓ ਪੁੱਤਰ ਹੋ ਗਏ ਉਹ ਬਾਬੇ ਵੀ ਦਾ ਨਾਟਕ ਜਿਹਾ ਕਰਕੇ ਇਦਾਂ ਸੇਬ ਆਉਂਦੇ ਉਹ ਵੀ ਉਹ ਠੀਠਾ ਬਾਬੇ ਉਹਨਾਂ ਨੂੰ ਪਤਾ ਵੀ ਜੇ 100 ਪਰਿਵਾਰ ਸਾਡੇ ਕੋਲ ਸੇਬ ਪਵਾ ਗਿਆ 50ਾਂ 60ਾਂ ਦੇ ਪੁੱਤਰ ਹੋ ਗਏ ਇਹ ਤਾਂ ਪੱਕੀਆਂ ਭੇਡਾਂ ਬਣ ਗਏ ਆਪਣੇ ਡੇਰੇ ਦੀਆਂ ਜੇ 40 50 ਨਾ ਵੀ ਹੋਏ ਉਹਨਾਂ ਨੇ ਇਹ ਥੋੜਾ ਕਹਣਾ ਬਾਬੇ ਨੇ ਸਾਡੀ ਸੁਣੀ ਨਹੀਂ ਕਹਣਾ ਸਾਡੇ ਕੋਲੋਂ ਹੀ ਕਿਤੇ ਨਾ ਗਲਤੀ ਹੋ ਗਈ ਹੋਣੀ ਹੈ ਸਾਡੇ ਚ ਕੋਈ ਕਮੀ ਹੋਣੀ ਹੈ ਵੀ ਸਹੀਂ ਪਾਠ ਨਹੀਂ ਸਹੀ ਕੀਤਾ ਹੋਣਾ ਅਸੀਂ ਗੜਵੀ ਨਹੀਂ ਰੱਖੀ ਹੋਣੀ ਪਾਠ ਕਰਨ ਲੱਗਿਆਂ ਲੱਗੇ ਕਿਧਰ ਤੁਰੇ ਫਿਰਦੇ ਸਾਡੇ ਹਾਲਾਤ ਕੀ ਨੇ ਇੱਥੇ ਲਿਖਿਆ ਮਾਇਆ ਮੋਹ ਬਹੁਤ ਚਿਤਵਦੇ ਬਹੁ ਆਸਾ ਲੋਭ ਵਿਕਾਰ ਬਹੁ ਆਸਾ ਲਾਕੇ ਲੋਭ ਵਕਾਰ ਇਕੱਠਾ ਕੀਤਾ ਹੁਣ ਇਹਦਾ ਅਸਰ ਜੀਵਨ 'ਚ ਕੀ ਪਿਆ ਮਨਮੁਖ ਅਸਥਿਰ ਨਾਤੀ ਹੈ ਮਨ ਦੇ ਪਿਛੇ ਤੁਰਨ ਵਾਲੇ ਦਾ ਜੀਵਨ ਕਦੀ ਸਥਿਰ ਨਹੀਂ ਰਹਿੰਦਾ ਦਾਵਾ ਡੋਲ ਜਿਹਨੂੰ ਆਪਾਂ ਕਹਿੰਦੇ ਟੱਪਣੀ ਮਿੱਟੀ ਲੱਗੀ ਹੋਈ ਹੈ ਬਹਿਣਾ ਕਿੱਥਾਂ ਤੇ ਹੈ ਨਹੀਂ ਨਿਆਣੇ ਬਾਰੇ ਵੀ ਨਹੀਂ ਆਪਾਂ ਕਹਿੰਦੇ ਇਹਨੂੰ ਟੱਪਣੀ ਮਿੱਟੀ ਲੱਗੀ ਜੀ ਇਹ ਸ਼ਰਾਰਤੀ ਬੜਾ ਇੱਕ ਥਾਂ ਤੇ ਬਹਿੰਦੇ ਹੀ ਨਹੀਂ ਤੇ ਜੇ ਨਿਆਣਾ ਕਵੇ ਆਪਾਂ ਕਈ ਵਾਰੀ ਬੱਚਿਆਂ ਨੂੰ ਸ਼ਰਾਰਤੀ ਕਹਿੰਦੇ ਆ ਬੱਚੇ ਦੀਆਂ ਸ਼ਰਾਰਤਾਂ ਸਮਾਪਾ ਕੇ ਮੁੱਕ ਜਾਂਦੀਆਂ ਤੁਸੀਂ ਵੀ ਕਹਿੰਦੇ ਕਈ ਬੱਚੇ ਇਹਨੇ ਚੰਚਲ ਹੁੰਦੇ ਕਿੱਥਾਂ ਤੇ ਬਹਿੰਦੇ ਹੀ ਨਹੀਂ ਜਿੱਥੇ ਬਹਿਣਾ ਉਹਨਾਂ ਕੋਈ ਨਾ ਕੋਈ ਸ਼ਰਾਰਤ ਕਰਨੀ ਹੈ ਇੱਕ ਥਾਂ ਤੇ ਬੱਚਿਆਂ ਬਾਰੇ ਮੰਨਿਆ ਵੀ ਗਿਆ ਛੋਟਾ ਬੱਚਾ ਹੁੰਦਾ ਨਾ ਜੇ ਇੱਕ ਥਾਂ ਤੇ ਟੇਕੇ ਬਹਿ ਜਾ ਤੇ ਸ਼ੱਕ ਪੈਣ ਲੱਗ ਪੈਂਦਾ ਕਿ ਤੇ ਬਿਮਾਰਤ ਨਹੀਂ ਹੋ ਗਿਆ ਕਿਉਂਕਿ ਬੱਚੇ ਚ એનર્ਜੀ ਨਹੀਂ ਹੁੰਦੀ ਉਹ ਪੱਜਾ ਫਿਰਦਾ ਦੌੜਾ ਫਿਰਦਾ ਥੱਕਦਾ ਹੀ ਨਹੀਂ ਥਕੀਵਾ ਹੀ ਨਹੀਂ ਉਹਨੂੰ એનર્ਜੀ ਬਹੁਤ ਹੈ ਉਸ ਬੱਚੇ ਚ ਹੁਣ ਬੱਚਾ ਆ ਸ਼ਰਾਰਤਾਂ ਕਰਦਾ ਪਰ ਜਿਉਂ ਜਿਉਂ ਮਚੋਰ ਹੁੰਦਾ ਵੱਡਾ ਹੁੰਦਾ ਜਾਂਦਾ ਸ਼ਰਾਰਤਾਂ ਘੱਟਦੀਆਂ ਜਾਂਦੀਆਂ ਫੇਰ ਆਪਾਂ ਕਿਹਾ ਉਹਨੇ ਸਿਆਣਾ ਹੋ ਗਿਆ ਸਾਰੀ ਸ਼ਰਾਰਤਾਂ ਦੀ એનર્ਜੀ ਉਹਨੇ ਆਪਣੇ ਸਟੱਡੀ ਚ ਲਾ ਦਦੀ ਹੈ ਪੜਨ ਲੱਗ ਪਿਆ એનર્ਜੀ ਸਾਰੀ ਉਹਨੇ ਚੰਗੇ ਬਨੇ ਲਾ ਦਦੀ ਬੱਚੇ ਬਾਰੇ ਤੇ ਬੜੀ ਛੇਤੀ ਬੋਲਿਆ ਵੀ ਇਹ ਸ਼ਰਾਰਤੀ ਬੜਾ ਇੱਕ ਥਾਂ ਤੇ ਨਹੀਂ ਟਿਕਦਾ ਤੇ ਬੰਦਿਆਂ ਬਾਰੇ ਕੀ ਖਿਆਲ ਹੈ ਜੀ ਵੱਡਿਆਂ ਬਾਰੇ ਕੀ ਖਿਆਲ ਹੈ ਇੱਕ ਥਾਂ ਤੇ ਟਿਕਦੇ ਹੀ ਨਹੀਂ ਆਪਾਂ ਜੇ ਟਿਕੇ ਹੁੰਦੇ ਤੇ ਇਹਨਾਂ ਡੇਰਾਵਾਦ ਵਾਧਾ ਸਵੇਰੇ ਗੁਰਦੁਆਰੇ ਨਮਸਕਾਰ ਕਰਕੇ ਜੇ ਟਕਾ ਆਉਂਦਾ ਤੇ ਘਰੇ ਬਹਿ ਕੇ ਪੋਥੀ ਲੈ ਕੇ ਪਾਠ ਨਾ ਕਰਦੇ ਮਾਰ ਕੇ ਛਾਲ ਤੇ ਬਾਸ ਵਿੱਚ ਟਰਾਲੀ 'ਚ ਬਹਿ ਕੇ ਡੇਰੇ ਦੀਆਂ ਪ੍ਰਕਰਮਾ ਕਰਨ ਫੇਰ ਤੁਰ ਪਏ। ਇਹ ਸ਼ਾਦੀਆਂ ਸ਼ਰਾਰਤਾਂ ਕਿਸੇ ਲੇਖੇ ਨਹੀਂ। ਇਸ ਸਥਿਰ ਕਿਉਂ ਨਹੀਂ ਹੋਇਆ ਜੀਵਨ? ਉਹਦੇ ਪਿੱਛੇ ਇੱਕ ਵਜ੍ਹਾ ਹੈ। ਪਤਾ ਕੀ ਵਜ੍ਹਾ? ਧਿਆਨ ਨਾ ਸੁਣੋ। ਉਹਦੀ ਵਜ੍ਹਾ ਇਹ ਹੈ ਕਿ ਅੰਦਰ ਆਸਾਂ ਨੇ ਤੇ ਉੱਥੇ ਜਾਵਾਂਗੇ ਆ ਮਿਲੇਗਾ, ਉੱਥੇ ਜਾਵਾਂਗੇ ਆ ਮਿਲੇਗਾ। ਚਿਤਵਧਿਆ ਨਾ 24 ਘੰਟੇ ਮਾਇਆ ਮੋਹ ਬਹੁਤ ਚਿਤਵਦੇ। ਬੋਹਾ ਸਾ ਲੋਭ ਵਿਕਾਰ ਕਹਿੰਦੇ ਮਨਮੁਖ ਅਸਥਿਰ ਨਾ ਥੀਏ ਮਨ ਦੇ ਪਿਛੇ ਤੁਰਨ ਵਾਲੇ ਬੰਦਰਾ ਜੀਵਨ ਸਥਿਰ ਨਹੀਂ ਹੁੰਦਾ ਢਾਵਾਂ ਡੋਲ ਮਰ ਬਿੰਸ ਜਾਏ ਖਿੰਨ ਵਾਰ ਮਰ ਜਾਂਦਾ ਹੁਣ ਮਰਦੇ ਰਾਲੇ ਨੂੰ ਸੈਰੀ ਮਰ ਜਾਂਦਾ ਉਹ ਆਤਮਿਕ ਮੌਤੇ ਮਰਦਾ ਮਾਰਦਾ ਕੌਣ ਹੈ ਲਾਲਚ ਉਹਨੂੰ ਮਾਰਦਾ ਕੌਣ ਹੈ ਉਹਨੂੰ ਝੂਠੀਆਂ ਆਸਾਂ ਮਾਰਦੇ ਨੇ ਲੋਭ ਮਾਰਦਾ ਮੋਹ ਮਾਰਦਾ ਉਹਦੇ ਵਿੱਚ ਉਹ ਆਪਣੇ ਆਪ ਨੂੰ ਮਾਰ ਲੈਂਦਾ ਮਨਮੁਖ ਅਸਥਿਰ ਨਾਥੀ ਹੈ ਮਰ ਬਿੰਸ ਜਾਏ ਮਰ ਕੇ ਬਿੰਸ ਜਾਂਦਕ ਆਪਣਾ ਵਜੂਦ ਖਤਮ ਕਰ ਬਿੰਦਾ ਉਹ ਹੋਇਆ ਨਾ ਹੋਇਆ ਇਸ ਦੁਨੀਆ ਤੇ ਕੋਈ ਫਰਕ ਨਹੀਂ ਪੈਂਦਾ ਖਿੰਨਵਾ ਸਕਿੰਟ ਵਿੱਚ ਖਿੰਨ ਵਿੱਚ ਹੁਣ ਸਾਧ ਸੰਗਤ ਜੀ ਕਿੰਨੇ ਪਿਆਰੇ ਉਪਦੇਸ਼ ਨੇ ਬਾਣੀ ਦੇ ਕਾਸ਼ਕਿਤੇ ਅਸੀਂ ਇਹਨਾਂ ਇਹਨਾਂ ਨੂੰ ਸੋਹਣਿਆ ਰਮਾਲਿਆਂ ਚੋਂ ਬਾਹਰ ਕੱਢਿਆ ਹੁੰਦਾ ਆਪ ਗੁਰਬਾਣੀ ਪੜ੍ਹਦੇ ਸਹਿਜ ਪਾਠ ਕਰਦੇ ਇੱਕ ਅੱਧੀ ਕੋਈ ਬਾਣੀ ਦੀ ਤੋਕ ਵਿਚਾਰ ਦੇ ਵਿਚਾਰਾ ਸਾਡੇ ਵਧੀਆ ਹੁੰਦੇ ਸ਼ੁਭ ਹੁੰਦੇ ਵਿਚਾਰਾਂ ਨਾਲ ਹੀ ਬੰਦਾ ਸਟਰੋਂਗ ਹੁੰਦਾ ਤਾਕਤਵਾਰ ਹੁੰਦਾ ਸਰੀਰ ਦੇ ਬਲ ਦੀ ਗੱਲ ਬਾਅਦ ਚ ਆਉਣੀ ਪਈ ਮਨ ਦੀ ਤਾਕਤ ਮਨ ਤਾਕਤਵਾਰ ਕਦੋਂ ਹੋਣਾ ਜਦੋਂ ਵਿਚਾਰ ਚੰਗੇ ਹੁੰਦੇ ਵਿਚਾਰ ਚੰਗੇ ਤੇ ਮਨ ਚੰਗਾ ਵਿਚਾਰ ਮਾੜੇ ਤੇ ਮਨ ਮਾੜਾ ਹੁਣ ਸਤਿਗੁਰੂ ਜੀ ਕਹਿੰਦੇ ਤੂੰ ਝੂਠੀਆਂ ਆਸਾਂ ਲਾ ਕੇ ਆਪਣੇ ਜੀਵਨ ਨੂੰ ਤਬਾਹ ਕਰ ਲਿਆ ਆਸ ਲਾ ਸੱਚੀ ਆਸਾ ਚੰਗੀ ਲਾ ਕੇ ਆਪਣਾ ਜੀਵਨ ਗੁਜ਼ਾਰ ਪਾਈ ਗੁਰਬਾਣੀ ਨੇ ਸਾਡੀ ਰੋਜ਼ ਮਰਾਂ ਦੀ ਜ਼ਿੰਦਗੀ 'ਚ ਤਬਦੀਲੀ ਲੈ ਕੇ ਅਸੀਂ ਨਾ ਦੋ ਚੀਜ਼ਾਂ ਕਰ ਲਈਆਂ ਅਸੀਂ ਸਮਾਜ ਵੱਖਰਾ ਕਰ ਲਿਆ ਧਰਮ ਵੱਖਰਾ ਕਰ ਲਿਆ ਜਦੋਂ ਧਰਮ ਸਮਾਜ ਇਕੱਠਾ ਹੁੰਦਾ ਜੀਵਨ ਖੂਬ ਸੂਰਤ ਬਦਲਣਾ ਸੀ ਸਾਡੀ ਰੋਜ਼ ਮਰਾਂ ਦੀ ਜ਼ਿੰਦਗੀ 'ਚ ਕੀਤੇ ਹੋਏ ਕਰਮ ਕਿਸਮੱਟੀ ਧਰਮ ਤੇ ਲਾ ਕੇ ਵੇਖਣੇ ਸੀ ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਆ ਕਹਿੰਦੀ ਹੈ ਅਸੀਂ ਕੀ ਕਰਦੇ ਹਾਂ ਸਵੇਰੇ ਸ਼ਾਮ ਥੋੜਾ ਬਹੁਤਾ ਪਾਠ ਕਰ ਲਿਆ ਬਾਕੀ ਸਾਰਾ ਦਿਨ ਲੁੱਟ-ਕਸਟ ਬੇਈਮਾਨੀ ਠੱਗੀ ਇਹਦਾਂ ਧੋਖਾ ਸ਼ਾਮ ਨੂੰ ਫੇਰ ਪਾਠ ਪੂਜਾ ਕਰ ਲਿਆ ਕਿ ਸ਼ਾਇਦ ਮੈਂ ਸਵੇਰ ਦਾ ਇਹ ਇਦਾਂ ਹੋ ਰਿਹਾ ਜਿਵੇਂ ਸਵੇਰੇ ਬੰਦਾ ਇਸ਼ਨਾਨ ਕਰਕੇ ਕੰਮ ਤੇ ਜਾਂਦਾ ਸਾਰੇ ਦਿਹਾੜੀ ਲਿਬੜਿਆ ਤੇ ਬੜੇ ਸ਼ਾਮ ਨੂੰ ਫੇਰ ਇਸ਼ਨਾਨ ਕਰ ਲੈਂਦਾ ਸਵੇਰੇ ਗੱਡੀ ਧੋ ਕੇ ਘਰੋਂ ਗਏ ਸਾਰਾ ਦਿਨ ਗੱਡੀ ਬਾਹਰ ਸਫਰ ਤੇ ਘੁੰਮੀ بارش ਆਈ ਮਿੱਟੀ ਘਟਾ ਪਿਆ ਸ਼ਾਮ ਨੂੰ ਘਰ ਆ ਗਏ ਫੇਰ ਸਾਫ਼ ਹੋਈ ਗੱਡੀ ਫੇਰ ਲੈ ਗਏ ਇਹ ਇਦਾਂ ਹੀ ਅਸੀਂ ਆਪਣੇ ਜੀਵਨ ਨਾਲ ਨਹੀਂ ਕਰ ਰਹੇ ਚਾਹੀਦਾ ਤੇ ਇਹ ਸੀ ਕਿ ਅਸੀਂ ਆਪਣੀ ਕਿਰਤ ਵਿੱਚ ਬਾਣੀ ਲੈ ਕੇ ਆਉਂਦੇ ਆਪਣੇ ਵਿਹਾਰ ਚ ਬਾਣੀ ਲੈ ਕੇ ਆਉਂਦੇ ਆਪਣੀ ਕੰਮਾਂ ਵਿੱਚ ਸਾਡੇ ਬਾਣੀ ਆ ਜਾਂਦੀ ਇਹਦਾ ਇਹਦਾ ਅਸਰ ਬੜਾ ਵਧੀਆ ਹੁੰਨਾ ਸੀ ਸੌਖੇ ਬੜੇ ਰਹਿਣਾ ਸੀ ਅਸੀਂ ਕਈ ਬੰਦੇ ਕਹਿੰਦੇ ਵੇਖੋ ਜੀ ਝੂਠ ਸੱਚ ਬੋਲਣ ਤੇ ਜ਼ੋਰ ਬੜਾ ਲੱਗਦਾ ਨਾ 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 ਸੱਚ ਬੋਲਣ ਤੇ ਜ਼ੋਰ ਨਹੀਂ ਲੱਗਦਾ ਝੂਠ ਬੋਲਣ ਤੇ ਜ਼ੋਰ ਲੱਗਦਾ ਝੂਠ ਬੋਲ ਕੇ ਤੁਹਾਨੂੰ ਚੇਤਾ ਰੱਖਣਾ ਪੈਂਦਾ ਕਿਹਦੇ ਨਾਲ ਕਿਹੜਾ ਝੂਠ ਬੋਲ ਰਿਹਾ ਹੈ ਡੈਰੀ ਲਾਉਣੀ ਪੈਣੀ ਤੁਹਾਨੂੰ ਜਿੰਨਿਆਂ ਨਾਲ ਝੂਠ ਬੋਲੇ ਐ ਅਲੱਗ ਬੋਲੇ ਐ ਤੇ ਜਦੋਂ ਕਿਤੇ ਕੱਲ ਸਮਾਪਾ ਕੇ ਪੁੱਛਿਆ ਗਿਆ ਤੁਸੀਂ ਫੇ ਨਵਾ ਝੂਠ ਬੋਲ ਬੈਣਾ ਫਸ ਜਾਣਾ ਤੇ ਸੱਚ ਤੇ ਸੱਚ ਬੋਲ ਕੇ ਤੇ ਜਾ ਕੇ ਸੋਝੋ ਘਰ ਤੁਸੀਂ ਸੱਚ ਕੌੜਾ ਹੁੰਦਾ ਕਹਿੰਦੇ ਅਗਲੇ ਨੂੰ ਵੀ ਕੌੜਾ ਤਾਂ ਲੱਗਦਾ ਵੀ ਅੰਦਰ ਬਿਮਾਰੀ ਹੈ ਕੋਈ ਕਿਉਂਕਿ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਤੁਸੀਂ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰੋ ਸੱਚ ਦੀ ਸੱਚ ਜੀਵਨ ਵਿੱਚ ਲਿਆਓ ਕਈ ਹੁਣ ਕਈ ਸੱਚ ਕਈ ਝੂਠ ਇਦਾਂ ਦੇ ਜਿੱਦਾ ਬੰਦੇ ਨੂੰ ਕੋਈ ਬੈਨੀਫਿਟ ਨਹੀਂ ਪਰ ਉਦਾਂ ਹੀ ਬੋਲੀ ਜਾਂਦਾ ਹੈ ਹੁਣ ਤੁਹਾਨੂੰ ਕੋ ਪੁੱਛਦਾ ਹਾਂ ਜੀ ਆਪਣੀ ਇਨਕਮ ਕਿੰਨੀ ਹੈ ਤੇ ਬੰਦਾ ਝੂਠ ਬੋਲ ਕੇ ਵਧਾ ਦਿੰਦਾ ਹਾਂ ਜੀ ਤੁਹਾਡੇ ਪਿਤਾ ਜੀ ਕੀ ਕਰਦੇ ਨੇ ਪਿਤਾ ਵਿਚਾਰਾ ਭਾਵੇਂ ਦਿਹਾੜੀ ਕਰਦਾ ਹੋਵੇ ਉਹਨੂੰ ਐਸਡੀਓ ਬਣਾ ਦੇਣਾ ਉਹਨੂੰ ਕਾਨੂੰਗੋਲਵਾਦ ਨਾਲ ਪਟਵਾਰੀ 라 ਦੇਣਾ ਘਰ ਬਾਰੇ ਪਤਾ ਵੀ ਬੰਦਾ ਜੇ ਦੂਰ ਬੈਠਾ ਘਰ ਇੰਨਾ ਵੱਡਾ ਬਣਾ ਕੇ ਪੇਸ਼ ਕਰਨ ਇਹ ਤਾਂ ਇਹਦਾ ਬੈਨੀਫਿਟ ਕੀ ਹੈ ਸਵਾਲ ਹੀ ਪੈਦਾ ਹੁੰਦਾ ਆ ਰਿਸ਼ਤੇ ਵੀ ਕਈ ਝੂਠ ਦੇ ਆਧਾਰ ਤੇ ਨਹੀਂ ਹੋ ਰਹੇ ਹਾਂ ਜੀ ਲੜਕੇ ਦੀ ਕੀ ਇਨਕਮ ਹੈ ਜੀ ਵੱਡਾ ਗੱਪ ਮਾਰਨਾ ਤਕੜਾ ਗੱਡੀਆਂ ਦੱਸ ਦੇਣੀਆਂ ਕਾਰੋਬਾਰ ਦਾ ਜ਼ਮੀਨਾਂ ਖੁੱਲੀਆਂ ਦੱਸ ਦੇਣੀਆਂ ਜਦੋਂ ਲੜਕੀ ਵਿਆਹੀ ਆਈ ਇੱਕ ਵਾਰ ਸ਼ਰਮ ਨਹੀਂ ਆਉਂਦੀ ਵੀ ਜਦੋਂ ਵਿਆਹੀ ਆਏਗੀ ਉਹ ਸਭ ਕੁਝ ਤੇ ਵੇਖ ਲੈਣਾ ਸੱਚ ਦੇ ਆਧਾਰ ਤੇ ਗੱਲ ਕਰੋ ਵੀ ਆਹ ਹੈ ਕੁਆਲਿਟੀ ਇਹਦੀ ਉਹ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਉਹ ਬਾਪ ਦੀ ਕਮਾਈ ਹੈ ਤੁਸੀਂ ਲੜਕੇ ਬਾਰੇ ਪੁੱਛੋ ਹਾਂ ਉਹਦੇ ਗੁਣ ਕਿਹੜੇ ਨੇ ਅੱਜ ਨਵਾਂ ਸਿਸਟਮ ਚੱਲ ਪਿਆ ਅਕਿਆਂ ਤੇ ਅਕਿਆਂ ਨੂੰ ਤੇ ਆ ਜਿਹੜੇ ਆਇਲਰਸ ਇਹਦਾ ਕਰਕੇ ਕਈ ਫਸੇ ਨੇ ਕਿੰਨੇ ਬੈਂਡ ਨੇ ਜੀ 6.5 ਨੇ ਹੋਣੋ ਸਰਟੀਫਿਕੇਟ ਨਹੀਂ ਵਿੰਦੇ ਉਹ ਜਦੋਂ ਵਿਆਹ ਹੋ ਜਾਂਦਾ ਬਾਅਦ ਚ ਪਤਾ ਵੀ ਤੇ 5.5 ਤੋਂ ਟੱਪੇ ਨਹੀਂ ਕੰਮ ਹੁਣ ਕਿਧਰ ਲੈ ਕੇ ਜਾਈਏ ਜੀ ਇੱਕ ਹੋਰ ਕੋਰਸ ਕਰਾਓ ਜੀ ਹੁਣ ਸ਼ਾਇਦ 6.5 ਆਜਣ ਅਸੀਂ ਕਿਹੜੇ ਬਣੇ ਤੁਰਪੇ ਸਾਡੀ ਤਾਂ ਮਾਰਕਟ ਮੁਸਤੀਆਂ ਆਣਜਕੀ ਮਨ ਬੌਰਾ ਰੇ ਲੀਨੀ ਹੱਥ ਵਿਸਾਰ ਛੂਟਣ ਕੋ ਸੰਸਾ ਪਰਿਆ ਮਨ ਬੌਰਾ ਰੇ ਨਾ ਚਿਓ ਘਰ ਘਰ ਬਾਹਰ ਅੱਜ ਹਾਲਤੇ ਬਣੀ ਪਈ ਐ ਵੀ ਮਾਰਕਟ ਮੁਸਤੀਆਂ ਆਣਜਕੀ ਮਨ ਬੌਰਾ ਰੇ ਲਿਨੀ ਹੱਥ ਫਸਾਰ ਛੂਟਣ ਕੋ ਸੈਂਸਾ ਪਰਿਆਮਨ ਬੋਰਾ ਰੇ ਨਾਚਿਓ ਘਰ ਘਰ ਬਾਹਰ ਜਿਵੇਂ ਬਾਂਦਰ ਨਹੀਂ ਉਸ ਬਰਤਨ ਚ ਆਪਣਾ ਹੱਥ ਫਸਾ ਪੈਂਦਾ ਇਦਾਂ ਹੀ ਸਾਡੇ ਲੋਕਾਂ ਨੇ ਹੱਥ ਫਸਾਏ ਹੋਏ ਨੇ ਬਹੁਤੇ ਲੋਕ ਤੇ ਆਪ ਦੁਖੀ ਹੋਏ ਨੇ ਕਿਉਂਕਿ ਤੁਸੀਂ ਆਸ ਗਲਤ ਲਾ ਲਈ ਨਾ ਤੁਸੀਂ ਉਮੀਦਾਂ ਗਲਤ ਲਾ ਕੇ ਬੈਠੇ ਜੀ ਤੁਸੀਂ ਚੰਗੇ ਕੰਮਾਂ ਦਾ ਅਭਿਆਸ ਕਰੋ ਆਪਣੀ ਜ਼ਿੰਦਗੀ ਚ दैਵੀ ਗੁਣ ਚੰਗਿਆਈ ਨੂੰ ਆਪਣੇ ਅੰਦਰ ਇਕੱਠਾ ਕਰਨ ਦੀ ਕੋਸ਼ਿਸ਼ ਕਰੋ ਹੁਣ ਜੇ ਤੁਸੀਂ ਪਹਿਲਾਂ ਹੀ ਆਸ ਲਾਈ ਹੋਗੀ ਧੀ ਹੋਵੇ ਪੁੱਤ ਹੋਵੇ ਦਾਤਾ ਜਿਹੜਾ ਵੀ ਹੋਵੇ ਚੰਗੇ ਸੰਸਕਾਰ ਲੈ ਕੇ ਉਹਨਾਂ ਨੂੰ ਅਸੀਂ ਪਾਲੀਏ ਦੁਖੀ ਹੋਵਾਂਗੇ ਹੁਣ ਤੁਸੀਂ ਆਸ ਲਾਈ ਪੁੱਤ ਦੀ ਹੋ ਗਈ ਧੀ ਦੁਖੀ ਹੋਇਆ ਨਾ ਮਨ ਤੇ ਜਿਦਾ ਕਿਤੇ ਜੋ ਹੋਇਆ ਪਰਵਾਨ ਹੈ ਕਈਆਂ ਘਰਾਂ ਚ ਤੁਸੀਂ ਵੇਖਿਆ ਧੀ ਦਾ ਜਨਮ ਵੇਲੇ ਖੁਸ਼ੀ ਮਨਾਈ ਜਾਂਦੀ ਹੈ ਕਿਤੇ ਵੇਖੋ ਜੀ ਧੀ ਕਿਤੇ ਮਾੜੀ ਹੁੰਦੀ ਹੈ ਕਈ ਆਣ ਕੇ ਸੋ ਕੋ ਬਾਹਰੋਂ ਕਹਿਣਗੇ ਪਰਿਵਾਰ ਦੇ ਜੀ ਖੁਸ਼ ਵਾ ਬਾਹਰੋਂ ਕਹਿਣਗੇ ਫੇਰ ਧੀ ਆ ਗਈ ਇਹੋ ਜੇ ਬੰਦੇ ਨੂੰ ਗੁੱਟੋਂ ਫੜ ਕੇ ਬਾਹਰ ਕੱਢ ਦੇਣਾ ਚਾਹੀਦਾ ਇਹੋ ਜੀ ਬੀਬੀ ਨੂੰ ਗੁੱਟੋਂ ਫੜ ਕੇ ਬਾਹਰ ਕੱਢ ਦੇਣਾ ਚਾਹੀਦਾ ਹਾਡੇ ਘਰ ਦੀ ਪਤਾ ਜੀ ਤੈਨੂੰ ਕੀ ਪ੍ਰੋਬਲਮ ਹੈ ਪਰ ਅਸਲ ਦੇ ਵਿੱਚ ਹੁਣ ਜਿਹੜੀ ਕਹਿ ਰਹੀ ਖੋਦੋ ਆਪਤੀ ਆ ਕਿਸੇ ਦੀ ਹੁਣ ਉਹਨੂੰ ਪੁੱਛੇ ਵੀ ਜੇ ਤੇਰੇ ਜਮਣ ਵੇਲੇ ਤੇਰੇ ਮਾਪੇ ਬਾਬ ਨੂੰ ਕੋਈ ਇੰਜ ਕਹਿੰਦਾ ਤੂੰ ਸੰਸਾਰ ਤੇ ਆ ਸਕਦੀ ਸੀ ਪਰ ਘਰਾਂ ਵਿੱਚ ਤੁਸੀਂ ਵੇਖਿਓ ਬਹੁਤਿਆਂ ਘਰਾਂ ਵਿੱਚ ਤਾਂਵੇਂ ਘਰਾਂ ਨੂੰ ਛੱਡ ਕੇ ਜਦੋਂ ਘਰ ਦਿੱਤੀ ਜਨਮ ਲੈਂਦੀ ਸਭ ਤੋਂ ਪਹਿਲਾਂ ਮੂੰਹ ਕਿਹਦਾ ਸੋਚਦਾ ਭਲਾ ਬੀਬੀ ਦਾ ਭਾਵੇਂ ਉਹ ਸੱਸ ਹੋਵੇ ਭਾਵੇਂ ਨਣਾਣ ਹੋਵੇ ਤੇ ਤੈਨੂੰ ਕੀ ਇਹਦੇ ਨਾਲ ਤੈਨੂੰ ਕੀ ਸਮੱਸਿਆ ਭਲਾ ਅੱਜ ਕਿਹੜੀ ਮਰਦ ਖੋਸ਼ ਹੁੰਦਾ ਕਿਹੜਾ ਕੋਈ ਗੱਲ ਨਹੀਂ ਫੇਰ ਕਿਹੜੀ ਗੱਲ ਹੈ ਕਿੰਨੇ ਅਸੀਂ ਗੁਰਦੁਆਰੇ ਮੰਦਰ ਬਣਾਉਂਦੇ ਕਿੰਨੇ ਅਸੀਂ ਚਰਚਾ ਬਣਾਉਂਦੀਆਂ ਕਿੱਥੇ ਕਿੱਥੇ ਸੇ ਤੁਰੇ ਫਿਰਦੇ ਆ ਇਹ ਇਹ ਸਭ ਸਾਡੇ ਲਾਲਚੋਂ ਪੈਦਾ ਹੋ ਰਿਹਾ ਸਭ ਕੁਝ ਹੁਣ ਇਸੇ ਕਰਕੇ ਅੱਜ ਸਥਿਰ ਨਹੀਂ ਹੈਗੇ ਟਿਕਾਅ ਨਹੀਂ ਜੀਵਨ 'ਚ ਭੱਜੇ ਫਿਰਦੇ ਆ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਪਿੰਡ ਫਿਰ ਉਹ ਤੋਂ ਅੱਗੇ ਕਹਿੰਦੇ ਗਾਂ ਜਾਣਾ ਜੀ ਅਸੀਂ ਤੁਸੀਂ ਵੇਖੋ ਕਈ ਬੰਦੇ ਆ ਆਪਣੀ ਜ਼ਿੰਦਗੀ 'ਚ ਬਿਜ਼ਨਸ ਹੀ ਐਨੇ ਬਦਲਦੇ ਆ ਟਿਕਾਅ ਰੱਖ ਆਪਣੀ ਇੱਕ ਫੋਕਸ ਰੱਖ ਲੈ ਕਾਮਯਾਬੀ ਤੇਰੇ ਕਦਮ ਚੁੰਮੇਗੀ ਪੱਕੀ ਗੱਲ ਤੁਸੀਂ ਵੇਖੋ ਕਈ ਬੰਦੇ ਅੱਜ ਸਫਲ ਬਿਜ਼ਨਸਮੈਨ ਜਿਹੜੇ ਨੇ ਨਾ ਉਹ ਕਦੀ ਜਿਹੜੇ ਅੱਜ ਵੱਡੇ ਵਪਾਰੀ ਨੇ ਵੱਡੇ ਬਿਜ਼ਨਸਮੈਨ ਨੇ ਕਦੀ ਉਹਨਾਂ ਨੇ ਰੋਡ ਦੇ ਕੰਢੇ ਤੇ ਇੱਕ ਰੇੜੀ ਤੋਂ ਕੰਮ ਸ਼ੁਰੂ ਕੀਤਾ ਸੀ ਤੁਰੇਗਾ ਸਮਾਂ ਪਾ ਕੇ ਕਿੱਥੋਂ ਦੇ ਕਿੱਥੇ ਪਹੁੰਚ ਗਿਆ ਹੁਣ ਤੁਸੀਂ ਪਹਿਲੇ ਦਿਨ ਹੀ ਕਹੋ ਵੀ ਮੈਂ ਤੇ ਹੁਣ ਪੂਰਨ ਵਾਲਾ ਬੱਚਾ ਪਹਿਲੇ ਦਿਨ ਹੀ ਕਵੇ ਕਿ ਮੈਂ ਮਿਲਖਾ ਸਿੰਘ ਬਣਨਾ ਇਹ ਕਿਦਾਂ ਹੋ ਜਾਊਗਾ ਜੀ ਉਹਦੇ ਵਾਸਤੇ ਉਹਦੀ ਪ੍ਰੈਕਟਿਸ ਅਭਿਆਸ ਹੋ ਸਕਦਾ ਤੂੰ ਮਿਲਖਾ ਸਿੰਘ ਨੂੰ ਵੀ ਕਦੀ ਪਾਰ ਕਰ ਜਵੇਂ ਪਰ ਸਮਾਂ ਲੱਗੇਗਾ ਟਾਈਮ ਲੱਗੇਗਾ ਵਕਤ ਲੱਗੇ ਮਿਹਨਤ ਦਾ ਪਲਾਨਾ ਛੱਡ ਤੁਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰੀ ਜੋ ਫਲ ਦੀ ਛਾਣਾ ਕਰੋ ਹੁਣ ਇਹ ਤੇ ਸ਼ਬਦ ਵਰਤਿਆ ਮਨਮੁਕ ਸਥਿਰ ਨਾ ਥੀਏ ਅੱਜ ਟਿਕਾ ਕਿਉਂ ਨਹੀਂ ਹੈਗਾ ਕਾਰਨ ਬੂ ਮਾਇਆ ਬੂ ਬਹੁਤ ਚਿਤਵਦੇ ਅੱਜ ਮੈਟਰ ਗਲਤ ਇਕੱਠਾ ਕੀਤਾ ਹੋਇਆ ਸੀ ਤਾਂ ਟਿਕਾ ਨਹੀਂ ਹੈਗਾ ਬਹੁ ਆਸਾ ਲੋਭ ਵਕਾਰ ਇਹਦਾ ਅਸਰ ਕੀ ਪਿਆ ਮਨਮੁਕ ਸਥਿਰ ਨਾ ਥੀਏ ਮਰ ਬਿਨਸ ਜਾਏ ਖਿੰਨ ਵਾਰ ਅਗੇ ਕਹਿੰਦੇ ਨੇ ਵੱਡ ਭਾਗ ਹੋਵੇ ਸਤਗੁਰ ਮਿਲੇ ਜਦੋਂ ਸਤਗੁਰੂ ਜੀ ਜੀਵਨ ਚਾਹੁੰਦੇ ਨੇ ਵੱਡੇ ਭਾਗ ਬਣ ਜਾਂਦੇ ਨੇ ਹਉਮੈ ਤਜੇ ਵਿਕਾਰ ਹਉਮੈ ਵਕਾਰ ਇਹ ਜੀਵਨ ਚੋਂ ਖਤਮ ਹੋ ਜਾਂਦੇ ਨੇ ਮੰਫੀ ਹੋ ਜਾਂਦੇ ਨੇ ਹਰ ਨਾਮਾ ਜਪ ਸੁਖ ਪਾਇਆ ਹਰ ਨਾਮ ਨੂੰ ਜਪ ਕੇ ਸੁਖ ਪਾਇਆ ਭਾਵ ਕੀ ਹੈ ਗੁਣਾਂ ਦੀ ਪ੍ਰੈਕਟਿਸ ਕੀਤੀ ਜੀਵਨ ਦੇ ਵਿੱਚ ਮਾੜੀਆਂ ਆਸਾਂ ਛੱਡ ਕੇ ਚੰਗੀ ਆਸ ਜੀਵਨ ਚ ਲੈ ਆਂਦੀ ਗੁਣਾਂ ਨੂੰ ਧਾਰਨ ਕਰ ਲਿਆ ਤੇ ਸੁਖ ਪ੍ਰਾਪਤ ਹੋ ਗਿਆ ਤੇ ਸੁਖ ਪ੍ਰਾਪਤ ਕਦੋਂ ਹੁੰਦਾ ਜਦੋਂ ਟਿਕਾਜ ਜੇ ਜਨ ਨਾਨਕ ਸ਼ਬਦ ਵਿਚਾਰ ਹੇ ਨਾਨਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੋਚ ਮੰਡਲ ਵਿੱਚ ਸ਼ਬਦ ਟਿਕਾ ਲਿਆ ਸਿੱਖਿਆ ਟਿਕਾ ਲਈ ਜਦੋਂ ਅੰਦਰ ਮੈਟਰ ਚੰਗਾ ਟਿਕ ਗਿਆ ਚੰਗੀ ਵਿਚਾਰ ਟਿਕ ਗਈ ਝੂਠੀ ਆਸ ਤੋਂ ਆਪੇ ਖੜਾ ਛੁੱਟ ਗਿਆ ਆਓ ਸਾਥ ਸੰਗਤ ਜੀ ਜੇ ਸਦਾ ਸੁਖੀ ਹੋਣਾ ਚਾਹੁੰਦੇ ਆਪਾਂ ਤੇ ਇਹ ਚੀਜ਼ਾਂ ਆਪਣੀ ਜ਼ਿੰਦਗੀ ਚ ਲੈ ਆਈਏ ਅੱਜ ਸਾਡੀ ਜ਼ਿੰਦਗੀ ਚ ਟਿਕਾ ਨਾ ਹੋਣ ਦਾ ਕਾਰਨ ਕੀ ਆ ਆਸਾਂ ਗਲਤ ਲਾ ਕੇ ਬੈਠੇ ਆਸ ਸਹੀ ਮਤਲਬ ਜੋ ਬੰਦੇ ਕੋਲ ਹੁੰਦਾ ਉਹ ਵਰਤਦਾ ਜ਼ਰੂਰ ਹੈ ਇਹ ਘਰ ਚ ਵੈਪਨ ਪਿਆ ਸਮਾ ਪਾ ਕੇ ਵਰਤ ਲਿਆ ਜੇ ਘਰ ਚ ਕਿਤੇ ਬਾਣੀ ਦੀ ਪੋਥੀ ਹੋਏਗੀ ਤੇ ਵਿਹਲੇ ਬੈਠੇ ਹੋਗੇ ਤੇ ਬਾਣੀ ਦੀ ਪੋਥੀ ਲੈ ਕੇ ਪਾਠ ਕਰੋਗੇ ਕਿ ਨਹੀਂ ਕਰੋਗੇ ਹਾਂ ਇਹ ਤਾਂ ਯਾਰ ਇਕੱਠਾ ਕੀਤਾ ਕਿਉਂਕਿ ਜੋ ਜੋ ਗਾਣਿਆਂ ਤੇ ਹਥਿਆਰਾਂ ਦੇ ਗਾਣੇ ਆਉਂਦੇ ਉਦਾਂ ਹੀ ਅਸੀਂ ਗਾਣੇ ਚੱਕੀ ਆਉਨੇ ਸਾਡੇ ਤੇ ਵਿਹਮਾ ਸ਼ਾਦੀਆਂ ਤੇ ਫੇਰ ਹੋ ਰਹੇ ਨੇ ਆਓ ਆਪਣੇ ਘਰਾਂ ਵਿੱਚ ਮਟੀਰੀਅਲ ਚੇਂਜ ਕਰੋ ਬਾਣੀ ਦੀਆਂ ਪੋਥੀਆਂ ਦਾ ਸਹਿਜ ਪਾਠ ਆਪ ਗੁਰਬਾਣੀ ਪੜੋ ਚੰਗੇ ਕੰਮ ਕਰਨ ਦੀ ਆਦਤ ਪਾਓ ਸਾਰਿਆਂ ਦਾ ਧੰਨਵਾਦ 38 ਨੰਬਰ ਸ਼ਲੋਕ 1417 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਨ ਹੈ ਝੂਠੀਆਂ ਆਸਾਂ ਛੱਡ ਕੇ ਸੱਚੀ ਆਸ ਲਾਈਏ ਉਹ ਆਸ ਕੀ ਆ ਕਿ ਮੇਰੀ ਜ਼ਿੰਦਗੀ 'ਚ दैਵੀ ਗੁਣ ਆ ਜਾਣ ਤੇ ਮੈਂ ਸੱਚ ਦਾ ਪੱਲਾ ਫੜ ਕੇ ਆਪਣਾ ਜੀਵਨ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਜੀਉ ਸਕਾਂ ਸਾਰਿਆਂ ਦਾ ਧੰਨਵਾਦ ਜੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ